ਬੇਸ਼ੱਕ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ DSP ਦਾ ਅਹੁਦਾ ਨਹੀਂ ਖੁੱਸੇਗਾ ਅਤੇ ਪੰਜਾਬ ਸਰਕਾਰ ਹਰਮਨਪ੍ਰੀਤ ਕੌਰ ਨੂੰ ਬੈਚਲਰ ਡਿਗਰੀ ਪੂਰੀ ਕਰਨ ਦੀ ਮੌਲਤ ਦੇਣ ਜਾ ਰਹੀ ਹੈ। ਉਸ ਵੇਲੇ ਤੱਕ ਹਰਮਨਪ੍ਰੀਤ ਆਨਰੇਰੀ ਰੈਂਕ 'ਤੇ ਪੰਜਾਬ ਪੁਲਿਸ ਵਿੱਚ DSP ਬਣੀ ਰਹੇਗੀ। ਪਰ ਡਿਗਰੀ ਵਿਵਾਦ ਦੀ ਜਾਂਚ ਪੜਤਾਲ ਕਰਵਾਉਣ ਵਾਲੇ PAP ਕਮਾਂਡੈਂਟ ਰਘਬੀਰ ਸਿੰਘ ਸੰਧੂ ਨੇ ਕਿਹਾ ਕਿ ਹਰਮਨਪ੍ਰੀਤ ਨੇ ਭਰਤੀ ਵੇਲੇ ਆਪਣੀ ਡਿਗਰੀ ਦੇ ਦਸਤਾਵੇਜ਼ ਮੁਹੱਈਆ ਕਰਵਾਏ ਸਨ। ਜਦੋਂ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ 'ਚੋਂ ਡਿਗਰੀ ਦੇ ਸਰਟੀਫਿਕੇਟ ਚੈੱਕ ਕੀਤੇ ਗਏ ਤਾਂ ਉਹ ਮੈਚ ਹੀ ਨਹੀਂ ਹੋਏ। ਹਾਂ, ਹਰਮਨਪ੍ਰੀਤ ਕੌਰ ਸਾਡੇ ਕੋਲ 80 ਬਟਾਲੀਅਨ ਦੇ ਵਿੱਚ ਐਜ਼ ਏ DSP ਜੁਆਇਨ ਕੀਆ ਥਾ ਔਰ ਜੁਆਇਨ ਕਰਨੇ ਕੇ ਬਾਅਦ ਉਸਕੇ ਬਾਅਦ ਉਸਕੇ ਜੋ ਐਜੂਕੇਸ਼ਨ ਡਾਕੂਮੈਂਟ ਥੇ ਵੋ ਜੋ ਮੈਟ੍ਰਿਕ ਔਰ ਪਲੱਸ ਟੂ ਕੇ ਥੇ ਵੋ ਐਜੂਕੇਸ਼ਨ ਬੋਰਡ ਸੇ ਵੋ ਠੀਕ ਪਾਏ ਗਏ ਔਰ ਜੋ ਉਸਕਾ ਸਰਟੀਫਿਕੇਟ ਗ੍ਰੈਜੂਏਸ਼ਨ ਕਾ ਥਾ ਉਸਕੋ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਸੇ ਵੋ ਵੇਰੀਫਾਈ ਕੀਆ ਗਿਆ ਉਹ ਉਨਕੇ ਯੂਨੀਵਰਸਿਟੀ ਸੇ ਮੇਲ ਨਹੀਂ ਖਾ ਪਾ ਰਹਾ ਥਾ ਉਸਕੀ ਰਿਪੋਰਟ ਮੈਨੇ ਉੱਪਰ ਜਿਹੜੀ ਪ੍ਰੋਪਰ ਚੈਨਲ ਉਹ ਦੇ ਦੀ ਵੋ ਜੋ ਇਸਨੇ ਬੋਲਾ ਥਾ ਵੀ ਜੇ ਸਰਟੀਫਿਕੇਟ ਉਸਕਾ ਥਾ ਵੋ ਉਨਕੇ ਰਿਕਾਰਡ ਮੇਂ ਨਹੀਂ ਥਾ। ਹਰਮਨਪ੍ਰੀਤ ਦੀ ਡਿਗਰੀ ਬਾਰੇ ਉੱਠ ਰਹੇ ਸਵਾਲਾਂ ਦੇ ਦਰਮਿਆਨ ਉਸਦੇ ਕਾਲਜ ਦੀ ਪ੍ਰਿੰਸੀਪਲ ਦਾ ਬਿਆਨ ਵੀ ਸਾਹਮਣੇ ਆਇਆ ਜਿੱਥੇ ਉਸਨੇ BA ਭਾਗ ਪਹਿਲਾ 'ਚ 2009 'ਚ ਦਾਖਲਾ ਲਿਆ ਸੀ। HMB ਕਾਲਜ ਦੀ ਪ੍ਰਿੰਸੀਪਲ ਡਾਕਟਰ ਅਜੈ ਸਰੀਨ ਨੇ ਕਿਹਾ ਕਿ ਹਰਮਨਪ੍ਰੀਤ ਨੇ 2009 'ਚ BA ਦੇ ਪੇਪਰ ਨਹੀਂ ਦਿੱਤੇ ਅਤੇ ਉਹ ਕਾਲਜ ਛੱਡ ਕੇ ਚਲੀ ਗਈ। ਪਰ 2012 'ਚ ਹਰਮਨ ਦੀ ਵਾਪਸੀ ਮੁੜ ਹੋਈ ਅਤੇ ਇਸ ਵਾਰ ਉਸਨੇ PGDCA 'ਚ ਦਾਖਲਾ ਲਿਆ ਜੋ BA ਦੀ ਡਿਗਰੀ ਦੇ ਬੇਸ 'ਤੇ ਦਿੱਤਾ ਗਿਆ। ਸ਼ਾਇਦ ਉਹੀ ਡਿਗਰੀ ਹੈ ਜੋ ਵਿਵਾਦਾਂ ਦਾ ਚਿੱਠਾ ਸਾਬਤ ਹੋਈ ਹੈ। 2009 ਮੈਂ ਯਹਾਂ ਪੇ BA ਮੈਂ ਐਡਮਿਸ਼ਨ ਲਈ ਥੀ, BA ਫਸਟ ਈਅਰ ਮੈਂ ਐਡਮਿਸ਼ਨ ਲਈ ਥੀ ਔਰ ਉਸਕੇ ਬਾਅਦ 9 ਮੈਂ ਐਡਮਿਸ਼ਨ ਕੇ ਬਾਅਦ ਵੋ ਉਸਨੇ ਐਗਜ਼ਾਮ ਨਹੀਂ ਦੀਏ, ਫਿਰ ਵੋ ਬੀਚ ਮੈਂ ਚਲੀ ਗਈ ਯਹਾਂ ਸੇ ਔਰ 2012 ਮੈਂ ਫਾਈਨਲੀ ਉਸਨੇ PGDCA ਮੈਂ ਐਡਮਿਸ਼ਨ ਲਈ। ਤੋ ਜਬ PGDCA ਮੈਂ ਹਮ ਐਡਮਿਸ਼ਨ ਦੇਤੇ ਹੈ ਤੋ BA ਕੇ ਲੈਵਲ ਪੇ ਦੇਤੇ ਹੈ ਤੋ ਉਸ ਵਕਤ ਜਬ 12 ਮੈਂ ਵੋ ਆਈ ਤੋ ਉਸਕੇ ਪਾਸ BA ਕੀ ਡਿਗਰੀ ਥੀ। ਇਸ ਸਭ ਵਿਚਾਲੇ ਪ੍ਰਿੰਸੀਪਲ ਨੇ ਇੰਨਾ ਜ਼ਰੂਰ ਕਿਹਾ ਕਿ ਸਰਕਾਰ ਨੂੰ ਹਰਮਨਪ੍ਰੀਤ ਨਾਲ ਬਹੁਤ ਹੀ ਸਖਤੀ ਨਹੀਂ ਵਿਖਾਉਣੀ ਚਾਹੀਦੀ ਕਿਉਂਕਿ ਉਸਨੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਪਰ ਸਵਾਲ ਇਹ ਹੈ ਕਿ ਹਰਮਨ ਨੇ ਇਸ ਵਿਵਾਦਤ ਡਿਗਰੀ ਦਾ ਹੀਲਾ ਕਿੱਥੋਂ ਅਤੇ ਕਿਉਂ ਕੀਤਾ ਜਦ ਉਸਨੂੰ ਪਤਾ ਸੀ ਕਿ ਮਾਮਲਾ ਕਾਨੂੰਨ ਦੀ ਉਲੰਘਣਾ ਤੱਕ ਜਾ ਖੜਨਾ ਅਤੇ ਉਸਨੂੰ ਫਜ਼ੀਹਤ ਝੱਲਣੀ ਪੈ ਸਕਦੀ ਹੈ। ਮਾਮਲੇ ਨੇ ਸਿਆਸਤੀਆਂ ਨੂੰ ਵਿਸ਼ਾ ਦੇ ਦਿੱਤਾ ਪਰ ਹਾਲੇ ਤੱਕ ਹਰਮਨਪ੍ਰੀਤ ਨੇ ਕੋਈ ਅਧਿਕਾਰਕ ਬਿਆਨ ਦੇਣ 'ਚ ਦਿਲਚਸਪੀ ਨਹੀਂ ਦਿਖਾਈ ਜਿਸ ਨਾਲ ਉਸ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਨੇ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਐਸਟ੍ਰੋਲੋਜਰ AK ਤਾਂਤਰਿਕ ਸਭੀ ਸਮੱਸਿਆਓਂ ਕਾ ਸਮਾਧਾਨ ਮਾਤਰ 2 ਘੰਟੇ ਮੇਂ ਘਰ ਬੈਠੇ ਕਰਵਾਏ। 7 ਬਾਰ ਗੋਲਡ ਮੈਡਲਿਸਟ ਤਾਂਤਰਿਕ ਜੀ, ਸਪੈਸ਼ਲਿਸਟ ਵਿਦੇਸ਼ ਯਾਤਰਾ, PR ਲਾਟਰੀ ਨੰਬਰ, ਵਸ਼ੀਕਰਨ, ਜਾਦੂ ਟੋਨਾ ਕਿਆ ਕਰਾਇਆ, ਸ਼ਾਦੀ ਕੇ ਲਈ ਮਾਤਾ ਪਿਤਾ ਕੋ ਮਨਾਨਾ, ਕਾਮ ਕਾਰੋਬਾਰ ਸ਼ੈਤਾਨ ਦੁਸ਼ਮਨ ਸੇ ਛੁਟਕਾਰਾ, ਕਰਜ਼ਾ ਮੁਕਤੀ ਗੁਪਤ ਖਜ਼ਾਨਾ, ਸਭੀ ਸਮੱਸਿਆਓਂ ਕਾ ਸਮਾਧਾਨ ਤੁਰੰਤ ਕਰਵਾਏ। 8427030347।